यह ना मुंडे तकरीबन 15-20 मुंडे इन्हों की काफ़ी समय तो पिछले तो मंग सी भी जी जिम आ वो अपने पिंड सहूलत हो तकरीबन 5-6 किलोमीटर भदौड़ जाना पैंता से उत्थे 700 रुपया जिहड़ा जिम का किराया सी। पहला यह साइकिलों पर भी जाते रहे बिच दी धुंदा दे विच मोटरसाइकिलों पर भी जाते रहे। चलो असी आपदे महकमे दे थ्रू भी गलबात की तो जी मतलब हुण सरकारी जिम कोई भी जी आ 45-50 हज़ार रुपये की होंगी उहदे ते 1-1.25 लाख रुपया जिहड़ा बिल आ ਉਹ ਪੈ ਜਾਂਦਾ ਤੇ ਪਰ ਜਦੋਂ ਅਸੀਂ ਗਏ ਹੁਣ ਜਲੰਧਰ ਉਹਨਾਂ ਨਾਲ ਅਸੀਂ ਕੰਟੈਕਟ ਕੀਤਾ ਵੀ ਜਿਹੜਾ ਅਸੀਂ ਇੰਨਾ ਸਮਾਨ ਤਿਆਰ ਕਰਾਉਣਾ ਉਹਨਾਂ ਨੇ ਕਿਹਾ ਵੀ ਵਿਦ GST 1,95,000 ਰੁਪਏ 'ਚ ਸਾਡਾ ਇਹ ਸਾਰਾ ਜਿਹੜਾ ਸਮਾਨ ਆ ਤਿਆਰ ਹੋ ਗਿਆ। ਇੱਕ ਵਿਸ਼ੇਸ਼ਤਾ ਇਹਦੀ ਇਹ ਚੀਜ਼ ਦੀ ਇਹ ਆ ਵੀ ਜਿਹੜੀ ਕੋਈ ਲੋਹਾ ਲੱਗਿਆ ਰਹੇ ਤੇ ਜਾਂ ਪੇਂਟ ਹੋਇਆ ਈਵਨ ਕਿ ਸਾਰਾ ਭੱਠੀ ਪੇਂਟ ਸਿਲਵਰ ਕੋਟਡ ਕੋਲੇ ਖੜ ਕੇ ਸਾਰਾ ਕੰਮ ਕਰਾਇਆ ਵਾ ਕੋਈ ਇਹ ਨਹੀਂ ਹੈਗਾ ਵੀ ਇਹਨਾਂ ਨੂੰ ਆਉਣ ਵਾਲੇ ਸਮੇਂ 'ਚ ਇਹਦੀ ਦਿੱਕਤ ਆ ਜੂ। ਬਾਕੀ ਇਹ ਇਸ ਵਿਸ਼ੇ 'ਤੇ ਮੈਨੂੰ ਲਾਂਭਾ ਵੀ ਨਹੀਂ ਦੇ ਸਕਦੇ ਕਿਉਂਕਿ ਅਸੀਂ ਜਿਹੜਾ ਹੈਗਾ ਅਸੀਂ ਇਹਨਾਂ ਨੂੰ ਪੇਮੈਂਟ ਦਿੱਤੀ ਆ ਸਾਰਾ ਕੁਝ ਇਹਨਾਂ ਨੇ ਕੋਲੇ ਖੜ ਕੇ ਆਪ ਤਿਆਰ ਕਰਵਾਇਆ। ਉਹ ਦੇਖੋ ਜੀ ਉਹ ਸਾਡੇ ਕੋਲੇ ਜਿੰਨੇ ਵੀ ਇਨਕਮ ਦੇ ਸੋਰਸ ਆ ਸਾਡੀ ਪੰਚਾਇਤ ਨੂੰ ਹਨਾ ਜੀ ਜਿਵੇਂ ਹੁਣ ਮੰਨ ਲਓ 20 ਕਿੱਲੇ ਆਪਣੇ ਕੋਲੇ ਹੈਗੀ ਪੰਚਾਇਤੀ ਜ਼ਮੀਨ ਆ ਜਾਂ ਕੋਈ ਸੱਪੜ ਵਗੈਰਾ ਆਪਣਾ ਠੇਕੇ 'ਤੇ ਚੜ੍ਹ ਜਾਂਦਾ ਹੋਰ ਜਿਹੜੇ ਵੀ ਸਰੋਤ ਆ ਜਿੱਥੋਂ ਸਾਨੂੰ ਆਮਦਨ ਆਉਂਦੀ ਆ ਕੋਈ ਵੀ ਇਹਨਾਂ ਨੂੰ ਚੀਜ਼ ਦੀ ਜਿਹੜੀ ਲੋੜ ਆ ਆਉਣ ਵਾਲੇ ਟਾਈਮ 'ਚ ਉਹ ਅਸੀਂ ਇਹਨਾਂ ਨੂੰ ਲਿਆ ਕੇ ਦੇਵਾਂਗੇ। ਬਾਕੀ ਮੈਂ ਇੱਕ NRI ਵੀਰਾਂ ਨੂੰ ਵੀ ਬੇਨਤੀ ਕਰੂੰਗਾ ਵੀ ਸਾਡੇ ਉਪਰਾਲਿਆਂ ਨੂੰ ਦੇਖਦੇ ਹੋਏ ਸਾਡਾ ਸਹਿਯੋਗ ਜ਼ਰੂਰ ਦਿਓ ਤੁਹਾਡਾ ਦਿੱਤਾ 1-1 ਰੁਪਿਆ ਅਸੀਂ ਚੰਗੇ ਕਾਰਜਾਂ 'ਤੇ ਲਾਵਾਂਗੇ। ਇੱਥੋਂ ਪਹਿਲਾਂ ਵੀਰੇ ਇੱਥੇ 15-20 ਮੁੰਡੇ ਜਮ੍ਹਾਂ ਲਾਉਂਦੇ ਸੀ ਠੀਕ ਹੈ ਅਸੀਂ 5-7 ਕਿਲੋਮੀਟਰ ਕਿਲੋਮੀਟਰ ਭਦੌੜ ਚੱਲ ਕੇ ਜਾਂਦੇ ਠੀਕ ਹੈ ਉੱਥੇ 700 ਰੁਪਇਆ ਫੀਸ ਸੀਗੀ ਠੀਕ ਹੈ ਹੋਰ ਵੀ ਪੈਟਰੋਲ ਖਰਚਾ ਆਪਾਂ ਨੂੰ ਪੈਂਦਾ ਸੀਗਾ। ਇੱਥੇ ਐਂ ਵੀਰੇ ਪਿੰਡ ਦੇ ਵਿੱਚ ਜਮ੍ਹਾਂ ਹੈ ਨਾ ਆਪਾਂ ਕਿਤੇ ਜਾਣਾ ਨਹੀਂ ਅਤੇ ਇੱਕ ਦੂਜੀ ਗੱਲ ਇਹ ਆ ਵੀ ਬਾਹਰ ਆਪਾਂ ਚੱਲ ਕੇ ਜਾਂਦੇ ਆਪਣੇ ਨਾਗਾ ਪੈ ਸਕਦਾ ਆਪਣਾ ਨਾ ਇੱਥੇ ਕੋਈ ਆਪਣਾ ਨਾਗਾ ਨਹੀਂ ਪੈਣਾ ਹੈ ਨਾ ਬਹੁਤ ਵਧੀਆ ਗੱਲ ਆਪਾਂ ਸਰਪੰਚ ਦਾ ਬਹੁਤ ਧੰਨਵਾਦ ਕਰਦੇ। ਮਸ਼ੀਨਾਂ ਦੇਖੋ ਵੀਰੇ ਇੱਥੇ ਇੱਕ ਤਾਂ ਫੰਕਸ਼ਨਲ ਟ੍ਰੇਨਰ ਦੇਖ ਠੀਕ ਆ ਅਤੇ ਇੱਕ ਆਪਣੇ ਕੋਲ ਲੈਗ ਕਰਲਾ ਅਤੇ ਆਪਣੇ ਕੋਲ ਡੰਬਲ ਵੇਟਾਂ ਗੀਆਂ। ਹਾਂ ਵੀਰੇ ਐਵੇਂ ਸਾਡੇ ਕੋਲ ਹੁਣ ਆਪਾਂ ਨੂੰ ਕਮਰਾ ਆਪਣੇ ਕੋਲ ਇਸ ਵਾਰ ਛੋਟਾ ਹੈਗਾ ਠੀਕ ਆ ਸਰਪੰਚ ਸਾਹਿਬ ਕਹਿੰਦੇ ਵੀ ਆਪਾਂ ਅੱਜ ਤੋਂ ਬਾਅਦ ਮੰਨ ਲਾ 5-6 ਮਹੀਨਿਆਂ ਬਾਅਦ ਆਪਾਂ ਕੋਈ ਹੋਰ ਵਧਾਵਾਂਗੇ ਜਿਮਰਾ ਸਮਾਨ ਜਿਹੜਾ ਰਹਿ ਗਿਆ ਉਹ ਵੀ ਆਪਾਂ ਤੁਹਾਨੂੰ ਲਿਆ ਦਾਂਗੇ ਅਤੇ ਆਪਣਾ 10 ਕੁ ਫੁੱਟ ਅਸੀਂ ਕਮਰਾ ਹੀ ਵਧਾਵਾਂਗੇ ਹੁਣ। ਦੇਖੋ ਵੀਰੇ ਫਾਇਦਾ ਤਾਂ ਹੁੰਦਾ ਹੀ ਆ ਹੈ ਨਾ ਜੇ ਪਿੰਡ ਦੇ ਵਿੱਚ ਜਿਮ ਹੋਊ ਤਾਂ ਹੈ ਨਾ ਕੋਈ ਬੰਦਾ ਕੋਈ ਨਸ਼ੇ ਛੱਡੂ ਕੋਈ ਹੈ ਨਾ ਇਹ ਤਾਂ ਆਪਾਂ ਵੀ ਨੋਰਮਲ ਗੱਲ ਹੈ ਨਾ ਵੀਰੇ। ਪੰਚਾਇਤ ਦਾ ਫੈਸਲਾ ਬਹੁਤ ਵਧੀਆ ਜਿਹੜੇ ਨਾਲ ਨੌਜਵਾਨ ਸਹਿਯੋਗ ਦੇ ਰਹੇ ਉਹਨਾਂ ਦਾ ਵੀ ਫੈਸਲਾ ਇਹ ਬਹੁਤ ਵਧੀਆ ਮੈਨੂੰ ਤਾਂ ਲੱਗਿਆ। ਜਿੱਥੋਂ ਤੱਕ ਨਸ਼ਿਆਂ ਦੀ ਗੱਲ ਹੈ ਕਿ ਨਸ਼ੇ ਚੰਗੀਆਂ ਆਦਤਾਂ ਨੂੰ ਦੇਖ ਕੇ ਮਾੜੀਆਂ ਆਦਤਾਂ ਹਮੇਸ਼ਾ ਸੁਧਰ ਜਾਂਦੀਆਂ ਜਿੱਥੇ ਚੰਗੀ ਸੁਸਾਇਟੀ ਰਹੂਗੀ ਚੰਗੇ ਨੌਜਵਾਨ ਪੈਦਾ ਹੋਣਗੇ ਉੱਥੇ ਹਮੇਸ਼ਾ ਸਾਡਾ ਸਮਾਜ ਚੰਗਿਆਈ ਵੱਲ ਵੱਧਦਾ। ਪਿੰਡਾਂ ਦੇ ਵਿੱਚ ਗਿਣਤੀ ਕੋਈ ਨਹੀਂ ਹੁੰਦੀ ਪਰ ਜਿਹਨੂੰ ਅਸੀਂ ਸਾਰਾ ਕੁਛ ਹੀ ਕਹਿ ਲਿਆ ਨਸ਼ਰਾਬ ਸਾਰੇ ਨਸ਼ੇ ਹੀ ਆ ਮਾੜੀਆਂ ਲਾਮਤਾਂ ਨਸ਼ਿਆਂ ਤੋਂ ਸਰਕਾਰਾਂ ਦਾ ਮਿਲੂਗਾ ਹੀ ਮਿਲੂਗਾ ਦੂਜਿਆਂ ਨੂੰ ਦੂਜਾ ਦੇਖ ਕੇ ਜਿਵੇਂ ਆਮ ਗੱਲ ਹੈ ਵੀ ਸਾਰਾ ਕੁਛ ਸਮਾਜ ਨੂੰ ਦੇਖ ਕੇ ਸੁਧਰ ਜਾਂਦਾ ਤਾਂ ਉਹ ਜਿਹੜੇ ਨੌਜਵਾਨ ਸਾਡੇ ਮਾੜਾ ਮੋਟਾ ਕੋਈ ਨਸ਼ਾ ਕਰਦੇ ਵੀ ਉਹ ਇਹਨਾਂ ਨੂੰ ਦੇਖ ਕੇ ਜ਼ਰੂਰ ਸੁਧਰਨਗੇ। ਦੇਖੋ ਪੰਚਾਇਤ ਯੂਨੀਅਨ ਪੰਜਾਬ ਬੰਨਿਓ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਵਿਧਾਤਾ ਸਮੁੱਚੇ ਨਗਰ ਦੇ ਸਹਿਯੋਗ ਨਾਲ ਗ੍ਰਾਮ ਪੰਚਾਇਤ ਵਿਧਾਤਾ ਨੇ ਜਿਹੜਾ ਜਿਮ ਬਣਾ ਕੇ ਖੇਡਾਂ ਪ੍ਰਤੀ ਉਪਰਾਲਾ ਕੀਤਾ ਇਸ ਦਾ ਭਰਪੂਰ ਸ਼ਬਦਾਂ ਵਿੱਚ ਸ਼ਲਾਘਾ ਕਰਦੇ ਹਾਂ ਅਤੇ ਸਰਕਾਰ ਦੀ ਜਿਹੜੀ ਖੇਡ ਨੀਤੀ ਆ ਉਸ ਨੂੰ ਮੂੰਹ ਚੜਾ ਰਹੇ ਨੇ ਇਹ ਜਿਮ। ਅੱਜ ਪੰਚਾਇਤਾਂ ਆਪਣੇ ਪੱਧਰ 'ਤੇ ਆਪਣੀਆਂ ਗ੍ਰਾਂਟਾਂ ਵਿੱਚੋਂ ਲੋਕਾਂ ਵਾਸਤੇ ਅਤੇ ਨੌਜਵਾਨ ਪੀੜ੍ਹੀ ਵਾਸਤੇ ਇਹ ਨਵੀਆਂ ਜਿਹੜੀਆਂ ਖੇਡ ਪ੍ਰਤੀ ਆ ਸਹੂਲਤਾਂ ਦੇ ਰਹੀਆਂ। ਸੋ ਸਰਕਾਰ ਪੰਜਾਬ ਸਰਕਾਰ ਦੀ ਖੇਡ ਨੀਤੀ ਪੂਰੀ ਤਰ੍ਹਾਂ ਡੈਮੇਜ ਹੋ ਚੁੱਕੀ ਆ ਪਿੰਡਾਂ 'ਚ। ਇਹਨਾਂ ਨੇ ਵਾਅਦਾ ਕੀਤਾ ਸੀ ਬਲਾਕ ਪੱਧਰੀ ਵੱਡੇ ਸਟੇਡੀਅਮ ਬਣਾਵਾਂਗੇ ਉਹਨਾਂ ਦਾ ਗਰਾਊਂਡ ਲੈਵਲ 'ਤੇ ਕਿਤੇ ਵੀ ਕੋਈ ਸਿੱਟਾ ਨਹੀਂ ਦੇਖ ਰਿਹਾ। ਸੋ ਮੇਰਾ ਮੰਨਣਾ ਵੀ ਕਿਸੇ ਦੇਸ਼ ਸਮਾਜ ਅਤੇ ਪਿੰਡ ਦੀ ਜਿਹੜੀ ਚੜ੍ਹਤ ਆ ਉਹ ਅੱਜ ਖੇਡਾਂ 'ਤੇ ਨਿਰਭਰ ਆ ਵੀ ਖੇਡਾਂ 'ਚ ਨੌਜਵਾਨ ਕਿੰਨਾ ਅੱਗੇ ਆ। ਆਉਣ ਵਾਲਾ ਸਮਾਂ ਦੇਸ਼ ਵਾਸਤੇ ਅਤੇ ਸਮੁੱਚੇ ਵਰਲਡ ਵਾਸਤੇ ਖੇਡਾਂ ਜਿਹੜਾ ਮਾਪਦੰਡ ਆ ਉਸ ਦੇਸ਼ ਦੀ ਤਾਕਤ ਦਾ। ਸੋ ਇੱਥੇ ਵੱਡੇ ਕੰਮ ਕਰਨ ਦੀ ਲੋੜ ਆ ਪੰਜਾਬ ਸਰਕਾਰ ਨੂੰ ਅਤੇ ਆਪਣੇ ਅੰਚਲ 'ਚ ਝਾਂਕ ਮਾਰਨ ਦੀ ਲੋੜ ਆ ਵੀ ਇੰਡੀਆ ਪੱਧਰ 'ਤੇ ਖੇਡਾਂ ਦੇ ਜਿਹੜਾ ਸਿਸਟਮ ਆ ਉੱਥੇ ਅਸੀਂ ਕਿੱਥੇ ਸਟੈਂਡ ਕਰਦੇ। ਧੰਨਵਾਦ।